ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਖਾਂ ਵਿਖੇ SDM ਰੂਪਨਗਰ ਨੇ ਕੋਟਲਾ ਨਿਹੰਗ ਖਾਂ ਦੀ ਇਤਿਹਾਸਿਕ ਕਬਰਾਂ ਦਾ ਮੌਕਾ ਦੇਖਿਆ ਜੋ ਕਿ ਭੂ ਮਾਫੀਆ ਦੇ ਕਬਜ਼ੇ ਵਿੱਚ ਹੈ। ਮੌਕਾ ਦੇਖਣ ਤੋਂ ਬਾਅਦ ਉਹਨਾਂ ਨੇ ਪਿੰਡ ਦੇ ਪਟਵਾਰੀ ਬਲਜਿੰਦਰ ਸਿੰਘ ਨੂੰ ਮੌਕੇ ਤੇ ਬੁਲਾ ਕੇ 2 ਕਿੱਲੇ ਦੇ ਕਬਰਿਸਤਾਨ ਦੀ ਨਿਸ਼ਾਨਦੇਹੀ 1 ਹਫ਼ਤੇ ਵਿੱਚ ਕਰਨ ਦੇ ਹੁਕਮ ਵੀ ਦਿੱਤੇ। ਸ਼ਿਕਾਇਤਕਰਤਾ ਭੁਪਿੰਦਰ ਸਿੰਘ ਕੋਟਲਾ ਨਿਹੰਗ ਖਾਂ ਨੇ ਦੱਸਿਆ ਕਿ ਇਹ 600 ਸਾਲ ਪੁਰਾਣੀ ਇਤਿਹਾਸਿਕ ਕਬਰਾਂ ਹੈ ਜਿਸ ਵਿੱਚ ਗੁਰਬਖਸ਼ ਸਿੰਘ NRI ਭੂ ਮਾਫੀਆ ਦਾ ਨਜਾਇਜ਼ ਕਬਜ਼ਾ ਹੈ ਅਤੇ ਹੌਲੀ ਹੌਲੀ ਇਨ੍ਹਾਂ ਇਤਿਹਾਸਿਕ ਕਬਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਕੋਟਲਾ ਨਿਹੰਗ ਖਾਨ ਸਾਹਿਬ ਦੇ ਪੁਰਾਣੇ ਪੂਰਵਜਾਂ ਦੀ ਜਿਹੜੇ ਇੱਥੇ ਕਬਰਿਸਤਾਨ ਨੂੰ ਦੀ ਕਾਇਮੀ ਦਾ ਇਸ਼ੂ ਸੀਗਾ ਕਿ ਇਹ ਮੌਕੇ 'ਤੇ ਇਹਨਾਂ ਨੇ ਇਹ ਕੰਪਲੇਂਟ ਕੀਤੀ ਸੀਗੀ ਕਿ ਇੱਥੇ ਜਿਹੜੀ 4 ਦੀਵਾਰੀ ਸੀ ਉਹਨੂੰ ਵੀ ਢਾ ਦਿੱਤਾ ਗਿਆ ਹੈ ਅਤੇ ਇਸ ਜਗ੍ਹਾ 'ਤੇ ਕੋਈ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹਦੇ ਬਾਰੇ ਜੇ ਮੌਕੇ ਪਰ ਪਟਵਾਰੀ ਨੂੰ ਹਦਾਇਤ ਕਰ ਦਿੱਤੀ ਗਈ ਹੈ ਅਤੇ 1 ਹਫ਼ਤੇ ਦੇ ਵਿੱਚ ਵੀ ਜਿਹੜੀ ਨਿਸ਼ਾਨਦੇਹੀ ਬਕਾਇਦਾ ਕਰਵਾ ਕੇ ਪੁਰਾਣਾ ਰਿਕਾਰਡ ਸ਼ੁਰੂ ਤੋਂ ਦੇਖ ਕੇ ਕਿ ਕਿੰਨੇ ਜਗ੍ਹਾ ਇਹਨਾਂ ਦੀ ਸੀਗੀ ਅਤੇ ਉਹ ਅਸੀਂ ਇਹਨਾਂ ਨੂੰ ਕਾਇਮ ਕਰਵਾ ਕੇ ਦੇਵਾਂਗੇ। ਤੁਸੀਂ ਮੌਕਾ ਦੇਖਿਆ ਹੈ, ਅੱਗੇ ਕੀ ਕਾਰਵਾਈ ਕਰੋਗੇ? ਨਿਸ਼ਾਨਦੇਹੀ ਕਰਵਾਈ ਜਾਏਗੀ ਜੀ ਅਤੇ ਪੁਰਾਣਾ ਰਿਕਾਰਡ ਸ਼ੁਰੂ ਤੋਂ ਸਾਰਾ ਦੇਖਿਆ ਜਾਏਗਾ। ਰੂਪਨਗਰ ਤੋਂ ਗੁਰਮੀਤ ਸਿੰਘ, ਜੀਵੇ ਪੰਜਾਬ TV।